खालसा वाहेगुरु की फतेह जी। उन्हां दा बहुत बहुत मुबारक है जी, तुहानू दोवें परिवारां नू बहुत बहुत वधाईआं जी। धन्नवाद जी, धन्नवाद। अज खुशी तां दूनी होई होणी है, पर तुहाडे पुत दीआं जिम्मेवारियां होर वध गईआं। पंथ प्रचारक मानदा उहनां नू, नौजवान आगू मानदे ने, पर हुण घर दीआं जिम्मेवारियां होर वध गईआं, किवें देखदे हो? बिल्कुल जी, जिम्मेवारियां वैसे तो ग्रिस्त जिहड़ी आ ना बहुत जरूरी है, सिक्खी दे विच ग्रिस्त दा होणा बहुत जरूरी है। ਤੇ ਉਹਨਾਂ ਨੇ ਹੁਣ ਗ੍ਰਿਸ ਧਾਰਨ ਕੀਤੀ ਹੈ, ਚੰਗੀ ਗੱਲ ਹੈ। ਇਹਦੇ 'ਚ ਮਤਲਬ ਇਹ ਹੈ ਕਿ ਜ਼ਿੰਮੇਵਾਰੀਆਂ ਸੰਨਿਆਸੀਆਂ ਵਰਗੋਂ ਇਕੱਲੀਆਂ ਉਹ ਸਿੱਖੀ ਦੇ ਵਿੱਚ ਪ੍ਰਵਾਨ ਨਹੀਂ ਗਾ ਵੀ ਮਤਲਬ ਜੇ ਕੋਈ ਬੰਦਾ ਬਿਹੰਗਾ ਵੀ ਚੱਲ ਜਾਏ ਨਾ, ਉਹ ਚਲੋ ਲੋਕੀ ਜਾਂਦੇ ਆ ਉੱਦਾਂ ਵੈਸੇ, ਪਰ ਸਿੱਖੀ ਜਿਹੜੀ ਆ ਇਸ ਚੀਜ਼ ਨੂੰ ਪ੍ਰਵਾਨ ਇਜਾਜ਼ਤ ਨਹੀਂ ਦਿੰਦੀ। ਤੇ ਸਾਨੂੰ ਖੁਸ਼ੀ ਇਸ ਗੱਲ ਦੀ ਕਿ ਉਹਨਾਂ ਨੇ ਇਹ ਸਟੈਪ ਚੁੱਕਿਆ ਕਿ ਮਤਲਬ ਮੈਂ ਸ਼ਾਦੀ ਕਰਾਉਣੀ ਆ। ਚੰਗਾ ਲੱਗਾ ਸਰ। ਇੱਕ ਹੋਰ ਜਿਹੜਾ ਮੈਸੇਜ ਗਿਆ ਸਾਰਿਆਂ ਦੇ ਵਿੱਚ ਹੈ ਨਾ, ਬਹੁਤ ਚੰਗਾ ਜਿਹੜਾ ਮੈਸੇਜ ਗਿਆ ਕਿ ਸਾਦੇ ਢੰਗ ਨਾਲ ਵਿਆਹ ਕੀਤਾ ਗਿਆ, ਗੁਰਮਤਿ ਮਰਿਆਦਾ ਅਨੁਸਾਰ ਵਿਆਹ ਕੀਤਾ ਗਿਆ, ਕਿਉਂਕਿ ਵਿਆਹਾਂ ਤੇ ਖਰਚੇ ਬਹੁਤ ਹੋ ਰਹੇ ਆ, ਲਿਮਟਾਂ ਚੱਕ ਰਹੇ ਆ ਲੋਕ, ਮੁੜ ਕੇ ਜਿਹੜਾ ਖੁਦਕੁਸ਼ੀਆਂ ਕਰ ਰਹੇ ਆ, ਉਹ ਸਾਦੇ ਢੰਗ ਨਾਲ ਵਿਆਹ ਹੋਇਆ, ਇਸ ਦੀ ਵੀ ਚਰਚਾ। ਬਿਲਕੁਲ, ਇਹ ਨਾ ਵੈਸੇ ਤੇ ਅਸੀਂ ਵੀ ਸ਼ੁਰੂ ਤੋਂ ਮੇਰਾ ਵੀ ਖੁਦ ਦਾ ਵੀ ਜਾਂ ਅਸੀਂ ਭਰਾ ਵੀ ਸਾਡੇ ਹੋਰ ਵੀ ਚਾਚੇ ਤਾਇਆ ਦੇ ਬੱਚੇ ਜਿਹੜੇ ਆ ਸਾਰਿਆਂ ਨੇ ਜਦੋਂ ਵੀ ਵਿਆਹ ਕਰਵਾਏ ਆ ਨਾ ਬੜੇ ਸਾਦੇ ਢੰਗ ਦੇ ਨਾਲ ਵਿਆਹ ਕਰਵਾਇਆ, ਕਿਉਂਕਿ ਅਸੀਂ ਤਾਂ ਇਸ ਗੱਲ ਨੂੰ ਬੜੇ ਸ਼ੁਰੂ ਤੋਂ ਸਮਝਦੇ ਹਾਂ ਕਿ ਬਈ ਜਿਹੜਾ ਸਾਦਗੀ ਆ ਨਾ ਇਹਦੇ ਨਾਲ ਦੀ ਕੋਈ ਰੀਸ ਨਹੀਂ, ਕਿਉਂਕਿ ਅੱਡੀਆਂ ਚੁੱਕ ਕੇ ਫਾਹ ਲੈਣਾ ਜਿਹੜਾ ਨਾ ਕੋਈ ਇੱਕ ਅਮੀਰ ਬੰਦਾ ਜਿਹੜਾ ਵਾ ਉਹਦੇ ਕੋਲ ਪੈਸਾ ਵਾ ਤੇ ਉਹਨੇ ਪੈਸੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵੇਸਟ ਕਰਨਾ ਹੁੰਦਾ, ਉਹਨੇ ਤੇ ਕੋਈ ਨਾ ਕੋਈ ਇਹੋ ਜਿਹਾ ਕਾਰਜ ਕਰਨਾ ਵਾ ਕਿ ਜਿਹਦੇ ਨਾਲ ਪੈਸਾ ਉਹਦਾ ਜਿਹੜਾ ਵਾ ਕਿਤੇ ਲੱਗੇ, ਪਰ ਗਰੀਬ ਬੰਦਾ ਉਹਦੇ ਹਾਲ ਵੇਖਾ ਵੇਖੀ ਹੀ ਫਸ ਜਾਂਦਾ ਵਾ, ਫਸਣ ਤੋਂ ਬਾਅਦ ਫਿਰ ਖੁਦਕੁਸ਼ੀ ਤੋਂ ਇਲਾਵਾ ਉਹਦੇ ਕੋਈ ਹੋਰ ਚਾਰਾ ਨਹੀਂ ਬਚਦਾ। ਇਸ ਕਰਕੇ ਸਾਦਗੀ ਵਾਲੇ ਜਿਹੜੇ ਕੰਮ ਆ ਹਮੇਸ਼ਾ ਬੰਦੇ ਨੂੰ ਜ਼ਿੰਦਗੀ ਬਖਸ਼ਦੇ ਆ। ਸਾਰਿਆਂ ਦੀਆਂ ਨਿਗਾਹਾਂ ਟਿੱਕੀਆਂ ਹੋਈਆਂ ਸੀਗੀਆਂ ਭਾਈ ਸਾਹਿਬ ਨੂੰ ਲੈ ਕੇ, ਭਾਈ ਸਾਹਿਬ ਦੇ ਜੀਵਨ ਸਾਥੀ ਨੂੰ ਲੈ ਕੇ, ਚਾਹੇ ਉਹਨਾਂ ਦੇ ਪ੍ਰਸ਼ੰਸਕ ਹੋਣ ਚਾਹੇ ਉਹਨਾਂ ਦੇ ਵਿਰੋਧੀ ਹੋਣ, ਸਾਰੇ ਦੇਖਣਾ ਚਾਹੁੰਦੇ ਸੀਗੇ ਵੀ ਅੱਜ ਭਾਈ ਸਾਹਿਬ ਵਾਕਈ ਵਿਆਹ ਕਰਾ ਰਹੇ ਆ। ਪਹਿਲਾਂ ਕਈਆਂ ਨੂੰ ਪਤਾ ਨਹੀਂ ਸੀਗਾ, ਫਿਰ ਜਦੋਂ ਖਬਰ ਬਾਹਰ ਆਉਂਦੀ ਆ ਫਿਰ ਜਗ੍ਹਾ ਸਥਾਨ ਬਦਲਿਆ ਜਾਂਦਾ ਹੈਗਾ, ਹਾਲਾਂਕਿ ਭਾਈ ਸਾਹਿਬ ਇਹ ਦੱਸ ਗਏ ਆ ਕਿਉਂ ਬਦਲਿਆ ਗਿਆ, ਕੀ ਕਾਰਨ ਸੀ, ਪਰ ਸਭ ਦੀਆਂ ਨਿਗਾਹਾਂ ਟਿੱਕੀਆਂ ਹੋਈਆਂ ਸੀ, ਕੀ ਕਹੋਗੇ ਉਹਨਾਂ ਨੂੰ? ਬਿਲਕੁਲ, ਅਸਲ ਦੇ ਵਿੱਚ ਨਾ ਮੀਡੀਆ ਦੇ ਵਿੱਚ 2-3 ਦਿਨ ਤੋਂ ਕੁਛ ਪਹਿਲਾਂ ਤੋਂ ਝੂਠੀਆਂ ਖਬਰਾਂ ਫੈਲਾਈਆਂ ਗਈਆਂ, ਕਿਸੇ ਲੜਕੀ ਨੂੰ ਜਿਹਦਾ ਵਿਚਾਰੀ ਦਾ ਕੋਈ ਸੰਬੰਧ ਵੀ ਨਹੀਂ ਸੀ ਤੇ ਉਹਨੂੰ ਲੈ ਕੇ, ਤੇ ਉਹ ਜਿਹੜੇ ਅਸੀਂ ਫਿਰ ਮੀਡੀਆ ਜਦੋਂ ਜ਼ਿਆਦਾ ਉੱਥੇ ਮੀਡੀਆ ਦੇ ਹੁਣ ਇੱਥੇ ਵੀ ਬਹੁਤ ਜ਼ਿਆਦਾ ਹੋ ਗਿਆ ਸੀ ਬਾਅਦ 'ਚ, ਪਰ ਆਨੰਦ ਕਾਰਜ ਹੋਣ ਤੋਂ ਬਾਅਦ ਦੇ ਵਿੱਚ ਉੱਥੇ ਸਾਨੂੰ ਇੱਦਾਂ ਮਹਿਸੂਸ ਹੁੰਦਾ ਵੀ ਇਹਨਾਂ ਨੇ ਆਨੰਦ ਕਾਰਜ ਹੀ ਨਹੀਂ ਸਾਨੂੰ ਕਰ ਦੇਣਾ, ਉੱਥੇ ਪਹਿਲਾਂ ਹੀ ਇੰਨਾ ਜ਼ਿਆਦਾ ਮਤਲਬ ਭੀੜ ਭੜੱਕਾ ਹੋ ਗਿਆ ਸੀ ਜਿਹਦੀ ਵਜ੍ਹਾ ਕਰਕੇ ਮਤਲਬ ਸਾਨੂੰ ਸਥਾਨ ਬਦਲਣਾ ਪਿਆ। ਪਰਿਵਾਰ ਦੇ ਨਾਲ ਪੁਰਾਣੀ ਪਹਿਲਾਂ ਦੀ ਸਾਂਝ ਸੀ? ਹਾਂਜੀ, ਕਾਫੀ 2 ਸਾਲ ਤੋਂ ਉਹਨਾਂ ਦੇ ਨਾਲ ਸੰਬੰਧ ਸੀ, 1.5-2 ਸਾਲ। ਭਾਈ ਸਾਹਿਬ ਦੇ ਮਾਤਾ ਪਿਤਾ ਉਹਨਾਂ ਨਾਲ ਗੱਲ ਹੋਈ ਹੋਣੀ ਆ ਵੀਡੀਓ ਕਾਲ ਤੇ? ਭਾਈ ਨਹੀਂ, ਭਾਈ ਸਾਹਿਬ ਦੇ ਮਾਤਾ ਪਿਤਾ ਤੇ ਇੱਥੇ ਹੀ ਨੇ। ਹਾਂਜੀ, ਭਾਈ ਸਾਹਿਬ ਦੇ ਮਾਤਾ ਇੱਥੇ ਰਹਿੰਦੇ ਤੇ ਪਿਤਾ ਜੀ ਵੀ ਆਏ ਹੋਏ ਨੇ। ਹਾਂਜੀ, ਉਹ ਇੱਥੇ ਹੀ ਨੇ, ਉਹਨਾਂ ਦੇ ਜਿਹੜੇ ਮਤਲਬ ਸਾਡੇ ਕੁੜਮ ਸਾਹਿਬ ਆ ਉਹ ਵੀ ਆਏ, ਉਹਨਾਂ ਦੇ ਪਰਿਵਾਰ ਵੀ ਸਾਰਾ ਆਇਆ। ਜਿਵੇਂ ਜੇ ਗੱਲ ਕੀਤੀ ਜਾਵੇ, ਜਿਵੇਂ ਮੈਂ ਕਹਿ ਰਿਹਾ ਸੀ ਸਾਦੇ ਢੰਗ ਨਾਲ ਵਿਆਹ ਹੋਇਆ ਹੈਗਾ, ਭਾਈ ਸਾਹਿਬ ਨੇ ਇੱਕ ਗੱਲ ਆਖੀ ਹੈ ਕਿ ਮੈਂ ਚਾਹੁੰਦਾ ਕਿ ਜਿਹੜਾ ਪ੍ਰਵਾਸ ਹੋਇਆ ਪੰਜਾਬ ਦੇ ਵਿੱਚੋਂ ਵਾਪਸ ਆਵੇ, ਕਿਉਂਕਿ ਉਹਨਾਂ ਦੇ ਮਿਸਿਜ਼ ਜਿਹੜੇ ਨੇ ਉਹ ਬਾਹਰ ਦੇ ਨੇ ਤੇ ਕਹਿ ਰਹੇ ਨੇ ਕਿ ਵੀ ਉਹ ਹੁਣ ਇੱਥੇ ਹੀ ਰਹਿਣਗੇ, ਅਸੀਂ ਦੋਨੋਂ ਇੱਥੇ ਰਵਾਂਗੇ, ਤੇ ਉਹ ਚਾਹੁੰਦੇ ਨੇ ਕਿ ਵੀ ਜਿਹੜੇ ਪੰਜਾਬੀ ਜਿਹੜੇ ਨੌਜਵਾਨ ਬੱਚੇ ਬੱਚੀਆਂ ਬਾਹਰ ਗਏ ਹੋਏ ਆ ਉਹ ਇੱਧਰ ਆਉਣ, ਇੱਕ ਸਾਦੇ ਵਿਆਹ ਦੇ ਨਾਲ ਇੱਕ ਹੋਰ ਸੁਨੇਹਾ ਦੇ ਗਏ ਨੇ। ਬਿਲਕੁਲ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ, ਜਿੱਦਾਂ ਹੁਣ ਆਪਾਂ ਲੋਕ ਪ੍ਰਵਾਸ ਕਿਉਂ ਕਰ ਰਹੇ ਆ, ਉਹਦਾ ਵੀ ਕਾਰਨ ਇਹੋ ਆ ਕਿਉਂਕਿ ਚਕਾਚੌਂਦ ਜ਼ਿਆਦੀ ਹੋ ਗਈ ਆ, ਇੱਕ ਬੰਦੇ ਕੋਲ ਕਾਰ ਆ ਤੇ ਦੂਜਾ ਲੈ ਨਹੀਂ ਸਕਦਾ, ਇੱਕ ਬੰਦੇ ਕੋਲ ਆਈਫੋਨ ਆ ਤੇ ਦੂਜਾ ਲੈ ਨਹੀਂ ਸਕਦਾ, ਫਿਰ ਉਹਦੇ ਕੋਲ ਹੋਰ ਚਾਰਾ ਕੀ ਬਚਦਾ, ਇੱਥੇ ਇੰਨਾ ਇਨਕਮ ਦੇ ਸਾਧਨ ਨਹੀਂ ਹੈਗੇ, ਫਿਰ ਬਾਹਰ ਨੂੰ ਭੱਜਦੇ ਆ। ਚਲੋ ਇੱਕ ਗਰੀਬ ਬੰਦਾ ਜਿਹੜਾ ਵਾ ਜਿਹਨੇ ਰੋਜ਼ੀ ਰੋਟੀ ਵਾਸਤੇ ਜਾਣਾ ਉਹ ਤੇ ਬਾਹਰ ਨੂੰ ਭੱਜੇ ਤੇ ਚਲੋ ਗੱਲ ਵੱਖਰੀ ਹੈ, ਕਈ ਹੋਣ ਤੇ ਇੱਥੇ ਦੇ ਮਾਹੌਲ ਦੇ ਮੁਤਾਬਕ ਜਿੱਦਾਂ ਦਾ ਸਰਕਾਰਾਂ ਨੇ ਬਣਾ ਦਿੱਤਾ ਜਿਹਦੀ ਵਜ੍ਹਾ ਕਰਕੇ ਲੋਕ ਆਪਣੇ ਬੱਚਿਆਂ ਨੂੰ ਜਿਹੜੇ ਜਿਹੜੇ ਇੱਥੇ ਸਰਵਾਈਵ ਕਰ ਸਕਦੇ ਆ ਨਾ ਉਹ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਆ ਵੀ ਕਿਸ ਤਰੀਕੇ ਨਾਲ ਸਾਡੇ ਬੱਚੇ ਜਿਹੜੇ ਨਸ਼ਿਆਂ ਤੋਂ ਜਾਂ ਕੋਈ ਹੋਰ ਅਲਾਮਤਾਂ ਤੋਂ ਬਚ ਜਾਣ। ਜਦੋਂ ਮਤਲਬ ਮੈਰਿਜ ਦਾ ਹੈ ਨਾ ਜਦੋਂ ਦਿਨ ਬੰਨਿਆ ਗਿਆ, ਅੱਜ ਦਾ ਦਿਨ ਬੰਨਿਆ ਗਿਆ ਤੇ ਟੈਂਟ ਟੁੰਟ ਵੀ ਨਹੀਂ ਲੱਗੇ ਹੋਏ, ਬਹੁਤ ਹੀ ਸਾਦੇ ਢੰਗ ਨਾਲ ਜਿਹੜਾ ਸਭ ਕੁਝ
ਜਿਹੜਾ ਸਿਰੇ ਚੜਿਆ ਚੰਗਾ ਹੋਇਆ ਸਾਰਾ ਕੁਛ ਹੈ ਨਾ ਤੇ ਤੁਸੀਂ ਤੁਸੀਂ ਨਹੀਂ ਮਤਲਬ ਮਾਪਿਆਂ ਦੇ ਵੀ ਮਨ 'ਚ ਹੁੰਦੀਆਂ ਨੇ ਕਈ ਗੱਲਾਂ ਤੁਸੀਂ ਉਹ ਪ੍ਰਗਟ ਨਹੀਂ ਕੀਤੀਆਂ ਭਾਈ ਸਾਹਿਬ ਅੱਗੇ ਵੀ ਇੱਦਾਂ ਹੋਣਾ ਚਾਹੀਦਾ ਐਂ ਹੋਣਾ ਚਾਹੀਦਾ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਤਾਂ ਖੁਦ ਸਾਡੇ ਘਰ ਦਾ ਮਾਹੌਲ ਅਸੀਂ ਅੱਜ ਤੋਂ 26-27 ਸਾਲ ਪਹਿਲਾਂ ਮੈਂ ਸ਼ਾਦੀ ਕੀਤੀ ਹੈ ਮੇਰੇ ਪਹਿਲੇ ਵੱਡੇ ਭਰਾਵਾਂ ਨੇ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਅਸੀਂ ਉਹ ਉਦੋਂ ਵੀ 11-11 ਬੰਦੇ ਮਤਲਬ ਬਰਾਤ ਤੇ ਗਏ ਹੁਣ ਤੇ ਮਤਲਬ ਸਮਾਂ ਵੀ ਕਿਤੇ ਨਾ ਕਿਤੇ ਉਹ ਸੀ ਖਾਸ ਕਰ ਮਾਝੇ ਦੇ ਵਿੱਚ ਨਹੀਂ 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 ਉਹ ਸਾਡੇ ਮੇਰੇ ਸਮੇਂ ਦੇ ਉੱਤੇ ਮੈਂ 1997 'ਚ ਵਿਆਹ ਕਰਵਾਇਆ ਤੇ 97 ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਸੀ ਹੈਗੀ ਕਿਉਂਕਿ ਬੰਦਿਸ਼ ਵਾਲੀ ਗੱਲ ਨਹੀਂ ਸੀ ਪਰ ਸਾਡੇ ਸ਼ੁਰੂ ਤੋਂ ਹੀ ਦਿਮਾਗ ਦੇ ਵਿੱਚ ਇਹ ਗੱਲ ਸੀ ਕਿ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜਿਹੜਾ ਸਮਾਜ ਨੂੰ ਬਰਬਾਦ ਕਰਦਾ ਹੋਵੇ ਅਸੀਂ ਸਮਾਜ ਕੋਸ਼ਿਸ਼ ਕਰਦੇ ਹਾਂ ਕਿ ਜੇ ਕੋਈ ਸਾਡੇ ਕੋਲੋਂ ਸਿੱਖ ਸਕੇ ਤੇ ਅਸੀਂ ਕੋਈ ਚੰਗਾ ਕੰਮ ਕਰੀਏ ਜਿਹਦੇ ਤੋਂ ਵੇਖ ਕੇ ਲੋਕ ਵੀ ਕਰਨ ਲੱਗ ਪੈਣ ਕਿਉਂਕਿ ਮੈਂ ਪਿੰਡ ਦੀ ਸਰਪੰਚੀ ਵੀ ਕੀਤੀ ਇੱਥੇ ਪਹਿਲਾਂ ਤੇ ਲੋਕਾਂ ਨੇ ਇਹ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ ਕਿ ਬਈ ਜੇ ਸਰਪੰਚ ਕਰ ਸਕਦਾ ਇਹੋ ਜਿਹਾ ਕੰਮ ਤੇ ਦੂਜੇ ਕਿਉਂ ਨਹੀਂ ਕਰ ਸਕਦੇ ਪਿੰਡ ਵਾਲਿਆਂ ਨੇ ਕਿਹਾ ਅੱਜ ਵੀ ਬਹੁਤ ਸਾਦੇ ਢੰਗ ਨਾਲ ਵਿਆਹ ਹੋਇਆ ਜਾਂ ਪਿੰਡ ਵਾਲੇ ਕੀ ਆਖਦੇ ਨੇ ਪਿੰਡ ਵਾਲੇ ਵੀ ਬਹੁਤ ਖੁਸ਼ ਆ ਬਹੁਤ ਲੋਕਾਂ ਨੇ ਕਿਹਾ ਵੀ ਮਤਲਬ ਮੈਂ ਵੀ ਆਪਣੇ ਬੱਚੇ ਦਾ ਜਾਂ ਕਈਆਂ ਨੇ ਆਖਿਆ ਕਿ ਅਸੀਂ ਮੈਂ ਜੇ ਖੁਦ ਸ਼ਾਦੀ ਕਰੂੰਗਾ ਤੇ ਮੈਂ ਵੀ ਇੱਦਾਂ ਕਰੂੰਗਾ ਕਿ ਇਹ ਚੀਜ਼ ਬਹੁਤ ਅਸਰ ਛੱਡਦੀ ਆ ਜਿਹੜਾ ਕੋਈ ਇਹੋ ਜਿਹਾ ਬੰਦਾ ਜਿਹੜਾ ਸਮਾਜ ਨੂੰ ਸੇਧ ਦੇ ਸਕਦਾ ਨਾ ਜਦੋਂ ਕੋਈ ਅੱਗੇ ਆਉਂਦਾ ਵਾ ਤੇ ਉਹ ਸਾਦੇ ਢੰਗ ਨਾਲ ਕਰਦਾ ਤੇ ਫਿਰ ਲੋਕਾਂ ਵਾਸਤੇ ਇੱਕ ਬਣ ਜਾਂਦਾ ਕਿ ਯਾਰ ਜੇ ਇਹ ਬੰਦਾ ਕਰ ਸਕਦਾ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਇਸ ਕਰਕੇ ਚੰਗਾ ਵਧੀਆ ਮੈਸੇਜ ਗਿਆ ਲੋਕਾਂ ਵਾਸਤੇ ਲੋਕ ਵੀ ਖੁਸ਼ ਨੇ ਰਿਸ਼ਤੇਦਾਰ ਕੀ ਆਖ ਰਹੇ ਆ ਤੁਹਾਡੀਆਂ ਭੈਣਾਂ ਤੁਹਾਡੇ ਹੋਰ ਸਾਰੇ ਰਿਸ਼ਤੇਦਾਰ ਸਾਖ ਸੰਬੰਧੀ ਨਾਨਕੇ ਭਾਈ ਸਾਹਿਬ ਦੇ ਸਾਰੇ ਖੁਸ਼ ਆ ਸਾਰੇ ਖੁਸ਼ ਆ ਸਾਰੇ ਖੁਸ਼ ਇਸ ਗੱਲ ਦੇ ਵਿੱਚ ਵੀ ਵਧੀਆ ਸਾਦੇ ਤਰੀਕੇ ਨਾਲ ਹੋਇਆ ਕਿਉਂਕਿ ਅਸੀਂ ਬਾਹਲਾ ਜ਼ਿਆਦਾ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਸੱਦਿਆ ਵੀ ਨਹੀਂ ਗਿਆ ਤੁਹਾਡੇ ਕੋਲ ਕਿਉਂਕਿ ਅਚਾਨਕ ਹੀ ਕਿਉਂ ਅਸੀਂ ਚਾਹੁੰਦੇ ਸਾਂ ਕਿ ਇਹ ਜਿਹੜਾ ਪ੍ਰੋਗਰਾਮ ਆ ਸਾਡਾ ਫੈਮਿਲੀ ਦਾ ਹੀ ਪ੍ਰੋਗਰਾਮ ਰਹੇ ਜ਼ਿਆਦਾ ਮਤਲਬ ਲੋਕਾਂ ਦੇ ਵਿੱਚ ਨਾ ਆ ਜਾਵੇ ਪਰ ਉਹ ਫਿਰ ਵੀ ਜਿੱਦਾਂ ਮੀਡੀਆ ਦੀ ਆਦਤ ਹੁੰਦੀ ਹੈ ਤਾਂ ਮੀਡੀਆ ਨੇ ਉਹ ਕਰ ਦਿੱਤਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਧੰਨਵਾਦ ਇਹ ਸੀਗੇ ਭਾਈ ਹਰਜੀਤ ਸਿੰਘ